ਇਸ ਵੇਲੇ ਮੈਂ ਮੌਜੂਦ ਹਾਂ ਬਾਗੇ ਜਨਾਹ 'ਚ। ਕਸ਼ਮੀਰ 'ਚ ਜਿਹੜੀ ਤਹਿਰੀਕ ਚੱਲੀ, ਧਰਨਾ ਹੋਇਆ, ਕਿਆ ਇਹੋ ਹੀ ਹਵਾ ਪੰਜਾਬ 'ਚ ਵੀ ਚੱਲੇਗੀ, ਸਿੰਧ 'ਚ ਚੱਲੇਗੀ? ਆ ਕਸ਼ਮੀਰ ਦੀ ਤਰ੍ਹਾਂ ਸਾਨੂੰ ਵੀ ਧਰਨੇ ਦੇਣੇ ਪੈਣਗੇ, ਇਹਤਜਾਜ ਕਰਨਾ ਪਏਗਾ, ਅਤੇ ਇਸ ਆਵਾਮ ਨੂੰ ਪੁਲਿਸ ਕੋਲੋਂ ਲਾਠੀਚਾਰਜ ਵੀ ਖਾਣੀ ਪਏਗੀ, ਔਰ ਅਜ਼ੀਤਾਂ ਮੁਸੀਬਤਾਂ ਵੀ ਸਹਿਣੀਆਂ ਪੈਣਗੀਆਂ। ਆਵਾਮ ਦਾ ਖਿਆਲ ਰੱਖੋ, ਆਵਾਮ ਤੁਹਾਡਾ ਖਿਆਲ ਰੱਖੇਗੀ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਸ਼ੁਕਰ ਅੱਲਾਹ। ਐਡੀ ਗਰਮੀ 'ਚ ਇੱਥੇ ਕੀ ਕਰਨ ਡੇ ਹੋ ਜਨਾਬ? ਸੈਰ ਕਰਦੇ ਹੋ? ਸੈਰ ਕਰਨ ਡੇ ਹੋ? ਇਹਦਾ ਮਤਲਬ ਢਿੱਡੋਂ ਵੀ ਖੁਸ਼ੀ ਲੱਗਣ ਡੇ ਹੋ ਅਤੇ ਸੈਰ ਵੀ ਕਰਨ ਡੇ ਹੋ? ਤੁਹਾਨੂੰ ਆਪਣੀ ਸਿਹਤ ਦਾ ਬਹੁਤ ਖਿਆਲ ਹੈ। ਆਪਣੇ ਮੁਲਕ ਦੇ ਬਾਰੇ ਕਿਉਂ ਨਹੀਂ ਸੋਚਦੇ? ਮਹਿੰਗਾਈ ਦੇ ਬਾਰੇ ਕਿਉਂ ਨਹੀਂ ਸੋਚਦੇ ਤੁਸੀਂ? ਇਹ ਵੇਖੋ, ਕਸ਼ਮੀਰ ਵਾਲਿਆਂ ਨੇ ਧਰਨਾ ਦਿੱਤਾ ਸੀ ਤੇ ਆਪਣੀ ਗੱਲ ਮੰਨਵਾ ਲਈ ਹੈ। ਬਿਜਲੀ 3 ਰੁਪਈਏ ਯੂਨਿਟ ਕਰਵਾ ਲਈ, ਪੈਟਰੋਲ ਸਸਤਾ ਕਰਵਾ ਲਿਆ, ਗੈਸ ਸਸਤੀ ਕਰਵਾ ਲਈ, ਰੋਟੀ 10 ਰੁਪਈਏ ਕਰਵਾ ਲਈਏ, ਆਟਾ ਸਸਤਾ ਹੋ ਗਿਆ, ਔਰ ਕਾਫੀ ਉਹਨਾਂ ਨੇ ਆਪਣੀਆਂ ਜਿਹੜੀਆਂ ਮਤਾਲਬਾਤ ਨੇ ਉਹਨਾਂ ਨੇ ਮੰਨਵਾ ਲਏ ਨੇ। ਸਾਡੇ ਪੰਜਾਬੀਆਂ ਦੇ ਲੱਗਦਾ ਗਿੱਟਿਆਂ 'ਚ ਨਾ ਪਾਣੀ ਪਿਆ, ਅਸੀਂ ਚੁੱਪ ਸਾਧੀ ਹੈ ਜਨਾਬ। ਅਤੇ ਕੀ ਗੱਲ, ਚੁੱਪ ਹੀ ਰਹਿਣਾ? ਇੱਧਰ ਹੋ ਕੇ ਖਲੋਵਾ ਹਾਂ, ਕੰਡ ਹੋਣ ਡੇ ਜੇ ਕੈਮਰੇ ਨੂੰ, ਇਸ ਤਰ੍ਹਾਂ ਅੱਛੀ ਨਹੀਂ ਗੱਲ ਹੈਗੀ। ਅਤੇ ਦੱਸੋ, ਹਾਂ ਚੁੱਪ ਹੀ ਰਹਿਣਾ? ਉਹ ਬੋਲਣਾ ਕਿੱਦਾਂ ਨੇ ਮੇਰਿਆ ਬਜ਼ੁਰਗਾ, ਬੋਲਣਾ ਕਿੱਦਾਂ ਨੇ ਮੈਨੂੰ ਦੱਸ। ਸਰਕਾਰ ਤੁਸੀਂ ਚੁੱਪ ਕਰੋਗੇ ਤਾਂ ਬੋਲਾਂਗੇ। ਇਹ ਦੇਖੋ, ਕਸ਼ਮੀਰ ਵਾਲਿਆਂ ਨੇ ਕੀ ਕੰਮ ਪਾ ਦਿੱਤਾ, ਹਾਂਜੀ, ਕਿਸ ਕਿਸਮ ਦਾ ਧਰਨਾ ਦਿੱਤਾ, ਕਿਸ ਕਿਸਮ ਦੀ ਐਫਰਟ ਕੀਤੀ ਹੈ ਕਿ ਸਾਡੀ ਹਕੂਮਤ ਨੇ ਮਜਬੂਰ ਹੋ ਗਈ ਹੈ, ਉਹਨਾਂ ਦੇ ਸਾਰੇ ਮੁਤਾਲਬਾਤ ਉਹਨਾਂ ਨੇ ਜਿਨ੍ਹਾਂ ਨੇ ਧਰਨਾ ਦਿੱਤਾ ਨਾ, ਉਹਨਾਂ ਦੇ ਸਾਰੇ ਮੁਤਾਲਬਾਤ ਜਿਹੜੇ ਨੇ ਨਾ ਹਕੂਮਤ ਨੇ ਜਨਾਬ ਮਨਜ਼ੂਰ ਕਰ ਲਏ ਨੇ। ਅਤੇ ਤੁਸੀਂ ਇਸ ਦੇ ਮੁਤਲਕ ਦੱਸੋ, ਦੇਖਿਆ ਤਾਂ ਤੁਸੀਂ ਵੀ ਸਾਰਾ ਕੁਝ ਹੀ ਹੈ, ਠੀਕ ਹੈ, ਨਜ਼ਰ ਤੁਹਾਨੂੰ ਵੀ ਸਾਰਾ ਕੁਝ ਆਉਣ ਡਿਆ, ਪੰਜਾਬ 'ਚ ਜੋ ਕੁਝ ਹੋਣ ਡਿਆ, ਹਾਂਜੀ, ਉਹ ਵੀ ਤਾਂ ਤੁਹਾਨੂੰ ਨਜ਼ਰ ਆਉਂਦਾ ਕਿ ਨਹੀਂ ਆਉਂਦਾ? ਆ ਰਿਹਾ ਨਜ਼ਰ। ਕਸ਼ਮੀਰ ਵਾਲਿਆਂ ਕੀ ਕੀਤਾ ਤੇ ਪੰਜਾਬੀ ਕੀ ਕਰਨ ਦੇ ਨੇ? ਇਹ ਚੀਜ਼ ਤੇ ਜ਼ਰਾ ਨਾ ਰੋਸ਼ਨੀ ਪਾਓ, ਰੋਸ਼ਨੀ। ਇਹ ਬਸ ਮੇਰੇ ਨਜ਼ਦੀਕ ਤੇ ਵੈਸੇ ਉਹਨਾਂ ਨੇ ਵੀ ਅੱਛਾ ਨਹੀਂ ਕੀਤਾ, ਇੰਜ ਨਹੀਂ ਹੋਣਾ ਚਾਹੀਦਾ। ਤੇ ਕਿੰਜ ਹੋਣਾ ਚਾਹੀਦਾ? ਆਪਣੇ ਹਕੂਕ ਦੀ ਜੰਗ ਲੜੋ, ਮਗਰ ਅਮਨੋ ਅਮਾਨ ਦੇ ਨਾਲ, ਪਿਆਰ ਮੁਹੱਬਤ ਦੇ ਨਾਲ। ਇਸ ਤਰ੍ਹਾਂ ਉਹਨਾਂ ਨੇ ਕੀਤਾ, ਇਹ ਵਕਤੀ ਤੌਰ ਹੀ ਹੋਇਆ। ਅੱਛਾ ਜੀ, ਇਹ ਵਕਤੀ ਤੌਰ ਹੀ ਹੋਇਆ, ਔਰ ਉਹਨਾਂ ਨੂੰ ਪਤਾ ਲੱਗ ਜਾਏਗਾ ਅਗਲੇ ਚੰਦ ਮਾਹ 'ਚ ਕਿ ਇਹ ਕਿਉਂ ਹੋਇਆ ਔਰ ਕਾਹਦੇ ਲਈ ਹੋਇਆ। ਤੁਹਾਡਾ ਕਹਿਣ ਦਾ ਮਤਲਬ ਕਿ ਲੱਗ ਪਤਾ ਜਾਏਗਾ? ਕੀ ਪਤਾ ਲਾਣਾ ਚਾਹੁੰਦੇ ਹੋ? ਮੇਰੇ ਕਹਿਣ ਦਾ ਮਤਲਬ ਆ ਕਿ ਕੋਈ ਅਗਰ ਇਹ ਪੰਜਾਬ 'ਚ ਇਹ ਸੂਰਤ ਹਾਲ ਆ, ਤੁਸੀਂ ਕਹਿੰਦੇ ਹੋ ਇੱਥੇ ਵੀ ਇਹ ਕੁਛ ਹੋਵੇ ਤਾਂ ਕਿਆ ਆਇਆ, ਉਹ ਘੱਟ ਜਾਏਗਾ? ਆਪਣਾ ਇਹੀ ਸਵਾਲ ਆ। ਤੁਸੀਂ ਦੇਖੋ ਨਾ, 3 ਰੁਪਈਏ ਆਪਣਾ ਯੂਨਿਟ ਬਿਜਲੀ ਅਗਲਿਆਂ ਨੇ ਕਰਾ ਲਈ ਹੈ, ਆਟਾ ਸਸਤਾ ਹੋ ਗਿਆ, ਗੈਸ ਸਸਤੀ ਹੋ ਗਈ ਹੈ, ਹੋਰ ਜਿਹੜੇ ਚੀਜ਼ਾਂ ਮਸਾਇਲ ਨੇ ਨਾ ਜਿਹੜੇ ਉਹਨਾਂ ਦੇ, ਹਕੂਮਤ ਨੇ ਕਿਹਾ ਠੀਕ ਹੈ ਜੀ, ਅਸੀਂ ਮੰਨਦੇ ਹਾਂ ਸਾਰਾ ਕੁਝ, ਘਰਾਂ 'ਚ ਜਾਓ, ਅਮਨ ਸ਼ਾਂਤੀ ਨਾਲ ਸੌਂ ਜਾਓ, ਤੁਹਾਡੇ ਮਸਲੇ ਅਸੀਂ ਸੋਲਵ ਕਰਾਂਗੇ। ਅਤੇ ਤੁਹਾਡਾ ਕੀ ਖਿਆਲ ਹੈ, ਤੁਸੀਂ ਵੀ ਕੁਝ ਕਰਾਉਣਾ ਕਿ ਨਹੀਂ ਪੰਜਾਬੀਆਂ ਨੇ? ਕਿ ਪੰਜਾਬੀ ਨੇ ਸੁੱਤਿਆਂ ਰਹਿਣਾ, ਘੜਾੜੇ ਮਾਰਦੇ ਨੇ ਤੇ ਸੁਪਨੇ ਹੀ ਵੇਖਣੇ ਨੇ, ਬਹਿ ਕੇ ਘਰ ਬਹਿ ਕੇ ਤੇ ਗੱਲਾਂ ਕਰਦੇ ਰਹਿਣਾ। ਹੁਣ ਤੇ ਸੁਪਨੇ ਓਏ ਯਾਰ, ਮਹਿੰਗਾਈ ਬਹੁਤ ਹੋ ਗਈ ਏ, ਬਿਜਲੀ ਬੜੀ ਮਹਿੰਗੀ ਹੋ ਗਈ ਏ, ਆਟਾ ਲੱਭਦਾ ਨਹੀਂ, ਰੋਟੀ ਕਿੱਥੋਂ ਖਾਈਏ, ਬਸ ਘਰ ਹੀ ਬਹਿ ਕੇ ਗੱਲਾਂ ਕਰਦੀਆਂ ਨੇ। ਦੇਖੋ, ਜਿਨ੍ਹਾਂ ਨੇ ਕੁਝ ਹਾਸਲ ਕਰਦਾ ਨਾ, ਅਗਲਿਆਂ ਨੇ ਕਸ਼ਮੀਰ ਬੰਦ ਕਰ ਦਿੱਤਾ,
ਸੜਕਾਂ ਜਾਮ ਕਰ ਦਿੱਤੀਆਂ, ਹਕੂਮਤ ਮਜਬੂਰ ਹੋ ਗਈ ਹੈ। ਤੁਸੀਂ ਕੀ ਕਰਨਾ ਤੇ ਕੀ ਕਰਨ ਦੇ ਹੋ, ਕੁਝ ਕਰਨਾ ਕਿ ਨਹੀਂ ਤੁਸੀਂ? ਕਸ਼ਮੀਰ ਜਿਹੜਾ ਨਾ ਉਹ ਜੀਓਗ੍ਰਾਫੀਆਈ ਲਿਹਾਜ਼ ਨਾਲ ਐਸੀ ਜਗ੍ਹਾ ਤੇ ਵਾਕਿਆ ਹੈ ਕਿ ਕੁਝ ਮਜਬੂਰੀ ਹੁੰਦੀ ਗੌਰਮੈਂਟ ਦੀ ਕਿ ਉਹਨਾਂ ਦੀ ਗੱਲ ਏਡੀ ਜਲਦੀ ਮੰਨ ਲਈ ਹੈ। ਅੱਛਾ, ਪੰਜਾਬ ਅਗਰ ਕਸ਼ਮੀਰ ਦੀ ਜਗ੍ਹਾ ਹੁੰਦਾ ਨਾ, ਉੱਥੇ ਸਾਡਾ ਵੀ ਜੀਓਗ੍ਰਾਫੀਆ ਕੁਝ ਇਸ ਤਰ੍ਹਾਂ ਦਾ ਹੁੰਦਾ ਤੇ ਸਾਨੂੰ ਵੀ ਸੂਰਤ ਹਾਲ ਮੁਖਤਲਿਫ ਮਿਲਦੀ। ਇੱਥੇ ਤੇ ਲੋਕਾਂ ਨੂੰ ਹੁਣ ਸਹੂਲਤ ਦਿਨ ਪਰ ਦਿਨ ਮਿਲ ਰਹੀ ਹੈ। ਕਿਹੜੀ ਚੀਜ਼ ਜਿਹੜੀ ਸਸਤੀ ਨਹੀਂ ਹੋਈ ਮੈਨੂੰ ਦੱਸੋ ਹੁਣ? ਇਹ ਪਿਛਲੇ ਕੀ ਇਹ ਕੰਪਨੀ ਬਾਗ ਜੀ ਕੋਈ ਸਹੂਲਤ ਦਿੱਤੀ ਉਹਨਾਂ ਨੇ ਕਿ ਆਉਣ ਵਾਲਾ ਵੀ ਪਹਿਲੇ ਵੇਟ ਕਰਵਾਵੇ ਜੀ, ਤੇ ਜਦੋਂ ਇੱਥੋਂ ਵਰਜਿਸ਼ ਕਰਕੇ ਘਰ ਜਾਵੇ ਤੇ ਮੇਰਾ 5 ਕਿਲੋ ਤੇ ਚਾਚਾ ਜੀ ਘੱਟ ਹੀ ਜਾਂਦਾ ਹੋਏਗਾ ਜਾਂਦੇ ਆ ਵੀ, ਕਿਉਂਕਿ ਗੁਰਬਤ ਬਹੁਤ ਹੈ ਨਾ, ਹਰ ਬੰਦਾ ਪਰੇਸ਼ਾਨ ਹੈ। ਆਂਦਾ ਵੇ 10 ਕਿਲੋ ਦਾ, ਜਾਂਦਾ ਵੇ 7 ਕਿਲੋ ਦਾ, ਕੈਸੀ ਗੱਲ ਹੈ ਜੀ? ਮੈਂ ਚਾਹੁੰਦਾ ਆਪਣੇ ਹਕੂਕ ਦੀ ਜੰਗ ਲੜੋ, ਮਗਰ ਇੱਕ ਤਹਿਜ਼ੀਬ ਦੇ ਨਾਲ ਜੋ ਸਾਡਾ ਤਹਿਜ਼ੀਬ ਕੀ ਪੈਰੀ ਪੈ ਜੀ, ਇਹ ਕੀ ਕਰੀਏ ਦੱਸੋ ਕੀ ਕਰੀਏ? ਸਰਕਲ ਹੁਣ ਚੱਲ ਰਿਹਾ ਨਾ, ਇਸ ਟਾਈਮ ਪੰਜਾਬ ਗਵਰਨਮੈਂਟ ਬਹੁਤ ਅੱਛਾ ਕੰਮ ਕਰ ਰਹੀ ਹੈ, ਸਾਨੂੰ ਸਹੂਲਤਾਂ ਮਿਲੀਆਂ ਤੇ ਅਸੀਂ ਕਹਿਣ ਨੇ ਬਈ ਮਸਲਾਂ ਕੋਈ ਇੱਕ ਅੱਧੀ ਸਹੂਲਤ ਸਾਡੇ ਵੀ ਦੱਸੋ। 15 ਰੁਪਏ ਦੀ ਮਿਲ ਰਹੀ ਹੈ ਤੁਹਾਨੂੰ, ਨਹੀਂ ਮਿਲਦੀ? ਹਾਂਜੀ, ਰੋਟੀ 15 ਰੁਪਏ ਦੀ ਨਹੀਂ ਮਿਲਦੀ? ਦੱਸੋ ਮੈਨੂੰ ਹੁਣੇ 08023 ਮੈਂ ਤੇ ਜਦੋਂ ਵੀ ਘਰ ਜਾਣਾ ਗੈਸ ਕੋਈ ਨਹੀਂ ਹੁੰਦੀ ਤੇ ਮੈਨੂੰ ਦੱਸੋ ਪਤਾ, ਸੱਚੀ ਮੁੱਚੀ ਦੀ ਗੱਲ ਹੈ, ਮੈਨੂੰ ਨੀ ਪਤਾ। ਟਮਾਟਰ 40 ਰੁਪਏ ਕਿਲੋ ਵਿਕਣ ਡੇ ਹੈ, ਸ਼ਿਮਲਾ ਮਿਰਚ 40 ਰੁਪਏ ਕਿਲੋ ਵਿਕਣ ਡਈ ਹੈ, ਕਰੇਲੇ 80 ਰੁਪਏ ਵਿਕਣ ਡੇ ਹੈ, ਆਲੂ 80 ਰੁਪਏ ਵਿਕਣ ਡੇ ਹੈ। ਹੋਰ ਮੈਨੂੰ ਦੱਸੋ ਕੀ ਕਰੇ ਪੰਜਾਬ ਗਵਰਨਮੈਂਟ? ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ, ਇਨਸ਼ਾਅੱਲਾ ਜਲਦੀ ਸਾਰੀਆਂ ਗੱਲਾਂ ਜੋ ਇੱਕ ਗੱਲ ਬੜੀ ਚੰਗੀ ਕੀਤੀ ਏ ਨਾਜ਼ਰੀਨ, ਇਹਨਾਂ ਨੇ ਕਿਹਾ ਜੀ ਕਰੇਲੇ ਸਸਤੇ ਹੋ ਗਏ ਨੇ, ਤੇ ਕਰੇਲੇ ਤੇ ਮਜ਼ੇਦਾਰ ਹੁੰਦੇ ਨੇ। ਬਿਲਕੁਲ ਠੀਕ ਹੈ, ਫਿਰ ਉੱਠ ਦੀਆਂ ਬੋਟੀਆਂ ਸੀ ਆਹ ਪਵਾ ਲਾਂਗੇ ਵਿੱਚ ਜਨਾਬ। ਠੀਕ ਹੈ, ਬੜੀ ਮਿਹਰਬਾਨੀ।